बोले जी लगते रहते जी अब मेरे घरे आ गए मुल लगता पाया 2 लाख रुपया ठीक है नहीं तो मैं 3 लाख मिल जाना। अब्दुल जबार है जी। अब्दुल जबार रोड़ा वाली चू जिला हनुमानगढ़ राजस्थान। राजस्थान जिहड़ा बकरा तुसी लेके आए हैं किहड़ी नस्ल का बकरा? ये बिटल नस्ल का है जी। बिटल फेवर बिटल। किन्नी उम्र हो गई थी? ये 8 दिन हो गया जी। ये हो गया 2.5 साल का जी। बकरा 2.5 साल का। जब कद की गल करिए तो कितना इहदा कद है? कद जी 45+ है जी। 45+ आ। ਤੇ ਇੱਥੇ ਤੁਸੀਂ ਰਖਾਲੇ ਇੰਨੀ ਵਾਰ ਮੇਲੇ ਤੇ ਹੋਰ ਵੀ ਮੇਲੇ ਤੇ ਜਾਂਦੇ ਹੋ ਜਾਂ ਬੱਕਰੀਆਂ ਮੰਡੀ ਤੇ? ਅਸੀਂ ਕੀ ਮੇਲੇ ਜਾਂਦੇ ਆ ਜੀ, ਸਾਨੂੰ ਇਨਾਮ ਵੀ ਮਿਲਦਾ ਹੈ ਮੇਲੇ 'ਚ ਲੈ ਕੇ ਜਾਂਦੇ ਆ ਅਸੀਂ। ਇਹਦਾ ਪਿਓ ਸੀ ਜਿਹੜਾ ਮੁਕਾਬਲੇ 'ਚ ਇਨਾਮ ਲੈ ਕੇ ਆਇਆ ਸੀ। ਰਖਾਲੇ ਅੱਜ ਮੁਕਾਬਲੇ ਹੋ ਰਹੇ ਆ, ਮੁਕਾਬਲੇ 'ਚ ਪਾਉਣ ਵਾਸਤੇ? ਨਹੀਂ ਜੀ, ਸਾਨੂੰ ਇਹਨਾਂ ਨੇ ਸੱਦਿਆ ਸੀ, ਕਹਿੰਦੇ ਚਲੋ ਤੁਸੀਂ ਇਹ ਮੱਲੇ 4 ਦੰਦ ਤੇ 2 ਦੰਦ ਠੀਕ ਹੈ ਉਹਨਾਂ ਦਾ ਜੀ ਕੰਪੀਟੀਸ਼ਨ ਹੈ। ਇਹ 6-8 ਦੰਦ ਨਹੀਂ ਹੈ, ਕਹਿੰਦੇ ਵਿਖਾਉਣਾ ਬੱਕਰਾ, ਲੋਕ ਜਾਗਰੂਕ ਹੋ ਜਾਣ ਬਈ ਤੁਹਾਡੇ ਕੋਲ ਚੀਜ਼ ਰੱਖ ਰੱਖੀ ਹੈ, ਤੁਸੀਂ ਵਿਖਾਓ ਇਹਨੂੰ। ਹੁਣ ਤਾਂ ਕਿਹੜੇ ਵੱਡੇ ਮੁਕਾਬਲਿਆਂ 'ਚ ਤੁਸੀਂ ਇਹਨੂੰ ਪਾਇਆ ਅਤੇ ਕਿੰਨੇ ਮੇਲੇ ਨੂੰ ਜਿੱਤਿਆ? ਇਹ ਜੀ ਇਹਦਾ ਪਿਓ ਜਿੱਤਿਆ ਸੀ 2 ਮੇਲੇ 'ਚ ਜੀ। ਠੀਕ ਹੈ ਜੀ। ਇਹਨੂੰ ਨਹੀਂ ਲੈ ਕੇ ਗਏ ਸੀ, ਪਹਿਲੀ ਵਾਰੀ ਆ ਮੇਲੇ 'ਚ ਲੈ ਕੇ ਆਏ ਹਾਂ। ਪਹਿਲੀ ਵਾਰੀ ਮੇਲੇ 'ਚ ਲੈ? ਹਾਂ, ਇਹ ਜ਼ਿਆਦਾ ਕਰਨ ਲੱਗੇ, ਕਹਿੰਦੇ ਲੈ ਕੇ ਆਇਓ ਜ਼ਰੂਰ, ਕਹਿੰਦੇ ਮੈਂ ਲੈ ਕੇ ਆਵਾਂ, ਕਹਿੰਦੇ ਲੋਕ ਜਾਗਰੂਕ ਹੋ ਜਾਣਗੇ, ਚੀਜ਼ ਵੇਖੇ ਵਿੱਚ ਪਤਾ ਲੱਗਦਾ ਲੋਕਾਂ ਨੂੰ ਵੀ ਕਿੰਨੀ ਖੁਰਾਕ ਦੇਣੀ ਚਾਹੀਦੀ ਹੈ, ਕਿਵੇਂ ਪਲਦੀ ਹੈ। ਹੈਂ, ਬੱਕਰੀਆਂ ਤੁਸੀਂ ਕਦੋਂ ਕਦੇ ਰੱਖਦੇ ਹੋ? ਬੱਕਰੀ ਰੱਖਣ ਸਾਨੂੰ ਜੀ ਅੱਜ 6-7 ਸਾਲ ਹੋ ਗਏ। 6-7 ਸਾਲ ਹੋ ਗਏ। ਇਹਦੀ ਆਪਾਂ ਖੁਰਾਕ ਦੀ ਗੱਲ ਕਰੀਏ ਤਾਂ ਖੁਰਾਕ ਦੀ ਹੈ ਜਾਂ ਛੋਲੇ ਤੇ ਕਣਕ ਜੀ? ਠੀਕ ਹੈ, ਛੋਲਿਆਂ ਦੀ ਦਾਲ ਬਣਾ ਕੇ ਖਾਓ, ਕਣਕ ਖਾਓ। ਠੀਕ ਹੈ। ਜਿਹੜੇ ਨਵੇਂ ਵੀਰ ਆ ਬੱਕਰੀਆਂ ਵੱਲ ਆ ਰਹੇ ਆ ਜੀ, ਉਹਨਾਂ ਨੂੰ ਕੀ ਕਹਿਣਾ ਚਾਹੋਗੇ, ਕਿਹੜੀਆਂ ਮੁੱਢਲੀਆਂ ਗੱਲਾਂ ਹੁੰਦੀਆਂ ਜਿਹੜੀਆਂ ਬੱਕਰੀ ਪਾਲਕਾਂ ਨੂੰ? ਬੱਕਰੀ ਪਾਲੋ ਕਿ ਚੰਗੀ ਚੀਜ਼ ਪਾਲੋ ਜੀ, ਘੱਟ ਪਾਲ ਲਓ ਬਸ। ਆਪਾਂ ਇਹ ਕਹਾਂਗੇ ਵੀ ਚੰਗੀ ਚੀਜ਼ ਪਾਲੋ, 2 ਪਾਲ ਲਓ, 2 ਚੋਂ 4 ਹੋ ਜਾਣਗੀਆਂ, 4 ਚੋਂ 10 ਹੋ ਜਾਣਗੀਆਂ। ਮੈਂ ਸ਼ੁਰੂ ਕੀਤਾ ਸੀ ਜੀ, ਮੈਂ 2 ਬੱਕਰੀਆਂ ਰੱਖੀਆਂ ਸੀ। ਠੀਕ ਹੈ ਭਾਈ। ਉਸ ਤੋਂ ਬਾਅਦ ਮੈਂ ਇਹਨਾਂ ਦੇ ਬੱਚੇ ਵੇਚ ਤੇ ਘੱਟ ਤੋਂ ਘੱਟ 4-5 ਲੱਖ ਦੇ, 50,000 ਦਾ 40,000 ਦਾ ਮੇਰਾ ਬੱਚਾ ਜਾਂਦਾ ਜੀ। ਠੀਕ ਹੈ। ਮੈਂ ਜਿਵੇਂ ਮੇਰਾ ਬੱਕਰਾ ਵੱਡਾ ਛੋਟਾ ਬੱਚਾ ਰੱਖ ਲਿਆ, ਵੱਡਾ ਬੱਕਰਾ ਵੇਚਦਾ ਫਿਰ ਅੱਗੇ। ਜੇ ਆਪਾਂ ਇਹਦੀ ਗੱਲ ਕਰੀਏ ਤਾਂ ਇਹਦਾ ਮੇਲਿਆਂ ਦੇ ਕੋਈ ਮੁੱਲ ਵਗੈਰਾ ਲੱਗਿਆ ਹੋਵੇ? ਮੁੱਲ ਜੀ ਲੱਗਦੇ ਰਹਿੰਦੇ ਜੀ, ਅੱਜ ਮੇਰੇ ਘਰੇ ਆ ਕੇ ਮੁੱਲ ਲੱਗਦਾ ਪਿਆ 2 ਲੱਖ ਰੁਪਿਆ। ਠੀਕ ਹੈ। ਨਹੀਂ ਤਾਂ ਮੈਂ 3 ਲੱਖ ਮੰਗੀ ਜਾਂਦਾ। ਠੀਕ ਹੈ ਜੀ। ਬਰੀਡਿੰਗ ਵਾਸਤੇ ਲੋਕ ਮੰਗਦੇ ਆ। ਠੀਕ ਹੈ। ਤੇ ਬਰੀਡਿੰਗ ਵਾਸਤੇ ਕ੍ਰੋਸ ਵੀ ਕਰਦੇ ਹੋ ਤੁਸੀਂ? ਕ੍ਰੋਸ ਤੇ ਨਹੀਂ ਛੱਡਦੇ ਸੀ ਅਸੀਂ, ਕਿਉਂਕਿ ਸਾਡੇ ਵਾਸਤੇ ਇਹ ਆਰਾਮ ਹੈ ਚੀਜ਼ ਜੀ। ਇਹਦੇ ਬੱਚੇ ਹੁਣ ਤੁਹਾਡੇ ਕੋਲੇ? ਅਸੀਂ ਜਿਵੇਂ ਇਹ ਪੰਜਾਬ 'ਚ ਤੁਹਾਡੇ ਕੰਮ ਚੱਲਦਾ ਹੈ ਜੀ, ਜਿਵੇਂ ਠੀਕ ਹੈ ਮੁੱਲ ਛੱਡਦੇ ਬੱਕਰਾ? ਹਾਂ, ਸਾਡੇ ਤੇ ਇਹੀ ਚੱਲਦਾ ਜ਼ਿਆਦੇ, ਜਿਹੜਾ ਸਾਡੇ 10,000 ਇਹਦੀ ਫੀਸ ਕਮ ਜੁਕਮ, ਮੈਨੂੰ ਪੰਜਾਬ ਵਾਲੇ ਬੰਦੇ ਕਹਿੰਦੇ 10,000 ਰੁਪਏ ਫੀਸ ਰੱਖੋ ਜੀ, ਅਸੀਂ ਤੁਹਾਨੂੰ ਬਰਾਣਾ। ਠੀਕ ਹੈ। ਮੈਂ ਕਿਹਾ ਜੀ ਅਸੀਂ ਇਹ ਕੰਮ ਨਹੀਂ ਕਰਦੇ। ਠੀਕ ਹੈ। ਸਾਡੇ ਵਾਸਤੇ, ਕਿਉਂਕਿ ਅਸੀਂ ਮੁਸਲਮਾਨ ਸਮਾਜ 'ਚੋਂ ਆ, ਸਾਡੇ ਵਾਸਤੇ ਕੰਮ ਚੰਗਾ ਨੇ। ਜੀ ਜੀ ਜੀ। ਤੇ ਇਹਦੇ ਬੱਚੇ ਤਾਂ ਹੋਣੇ ਤੁਹਾਡੇ ਕੋਲੇ? ਬੱਚੇ ਜੀ ਮੈਂ ਸੈੱਲ ਕਰਤੇ ਜੀ, ਹੁਣ ਇਹਦੇ 2 ਬੱਚੇ ਖੜੇ ਆ, ਉਹ ਵੀ ਸੈੱਲ ਹੋ ਗਏ, ਮੰਨ ਲਏ ਕਿਸੇ ਭੈਣ ਬਾਈ ਕੋਲੇ। ਠੀਕ ਹੈ। ਹੁਣ ਤੱਕ ਕਿੰਨੇ ਬੱਚੇ ਇਹਦੇ? ਹੁਣ ਤੇ ਹੈ ਨਹੀਂ, ਹੁਣ ਬੱਕਰੀਆਂ ਸੂਣ ਵਾਲੀਆਂ ਜੀ, 5 ਬੱਕਰੀਆਂ ਆਪਣੇ ਕੋਲ। ਠੀਕ ਹੈ ਭਾਈ। ਇਹ ਤੁਸੀਂ ਬੀਤਲੀ ਜ਼ਿਆਦਾ ਰੱਖਦੇ ਹੋ ਜਾਂ ਹੋਰ ਵੀ ਨਸਲ ਰੱਖਦੇ ਹੋ? ਅਸੀਂ ਬੀਤਲ ਤੇ ਬਰਬਰੀ। ਠੀਕ ਹੈ। ਨਹੀਂ, ਬਰਬਰੀ ਤੇ ਬੀਤਲ ਦੇ ਵਿੱਚ ਕੀ ਕਿੰਨਾ ਅੰਤਰ ਹੁੰਦਾ? ਅੰਤਰ ਬਹੁਤ ਹੁੰਦਾ ਜੀ, ਜਿਵੇਂ ਬਰਬਰੀ ਹੈ ਇਹ ਥੋੜੀ ਜਿਹੀ ਘੱਟ ਖੁਰਾਕ ਮੰਗ ਲੈਂਦੀ ਹੈ। ਠੀਕ ਹੈ। ਬੀਤਲ ਥੋੜੀ ਜਿਹੀ ਵਾਹ ਖੁਰਾਕ ਮੰਗਦਾ। ਖੁਰਾਕ ਦਾ ਫਰਕ ਪੈਂਦਾ? ਫਰਕ ਪੈਂਦਾ ਜੀ ਖੁਰਾਕ ਦਾ। ਠੀਕ। ਫਿਰ ਇਹ ਪੈਸੇ ਵੀ ਜ਼ਿਆਦਾ ਵਟਾਉਂਦੇ ਆ। ਸੇਲ ਨੂੰ ਜੇ ਆਪਾਂ ਗੱਲ ਕਰਕੇ ਜੇ ਜਿਹਨੇ ਵਪਾਰਕ ਤੌਰ ਤੇ ਕਰਨਾ ਤਾਂ ਕਿਹੜੀ ਨਸਲ ਜਿਹੜੀ ਵਧੀਆ ਰਹਿੰਦੀ? ਬਈ ਜੀ ਮੰਨ ਲੈ ਮੇਰੀ ਗੱਲ ਸੁਣ, ਜਿਹੜਾ ਬੰਦਾ ਸਰਦਾ ਹੈ, ਬਈ ਜਿਹੜਾ ਬਈ ਸਰਦਾ ਹੈ, ਜਿਹੜਾ ਜ਼ਮੀਨ ਹੈਗੀ ਹੈ ਜਿਹਦੇ ਕੋਲੇ, ਬਈ ਫਾਰਮ ਬਣਾਉਂਦਾ ਉਹ ਬਿਟਲ ਰੱਖੇ। ਠੀਕ। ਜਿਹੜਾ ਬੰਦਾ ਥੋੜਾ ਘੱਟ ਸਰਦਾ ਹੈ ਉਹ ਬਰਬਰੀ ਰੱਖੇ, ਥੋੜੇ ਜਿਹਾ ਕੰਮ ਸਟਾਰਟ ਕਰੋ। ਠੀਕ ਹੈ। ਕੰਮ ਮੈਂ ਕਹਿੰਦਾ ਕਿ ਬਈ ਥੋੜੇ ਗਰੀਬ ਬੰਦਾ ਥੋੜੇ ਸਟਾਰਟ ਕਰੇ ਬਸ। ਰਾਜਸਥਾਨ ਦੇ ਵਿੱਚ ਵੀ ਇਦਾਂ ਉੱਥੇ ਮੰਡੀਆਂ ਨੇੜੇ ਨੇੜੇ ਲੱਗਦੀਆਂ ਤੁਹਾਡੇ? ਨਹੀਂ ਜੀ, ਰਾਜਸਥਾਨ 'ਚੋਂ ਨਹੀਂ ਲੱਗਦੀ ਮੰਡੀ, 'ਚ ਪੰਜਾਬ 'ਚ ਮੰਡੀ ਲੱਗਦੀ। ਪੰਜਾਬ 'ਚ ਤਾਂ ਹੁਣ ਬਹੁਤ ਜਗ੍ਹਾ ਤੇ ਮੰਡੀਆਂ। ਹਾਂ, ਰਾਜਸਥਾਨ ਦੀ ਮੰਡੀ ਬੱਕਰਾ ਮੰਡੀ ਰਾਜਸਥਾਨ 'ਚੋਂ ਨਹੀਂ ਲੱਗਦੀ ਜੀ। ਪੰਜਾਬ 'ਚ ਪਹਿਲੀ ਮੰਡੀ ਤੇ ਆਏ ਹੋ ਤੁਸੀਂ? ਨਹੀਂ, ਪੰਜਾਬ 'ਚ ਕਈ ਮੰਡੀ ਤੇ ਆ ਚੁੱਕੇ ਹਾਂ ਆਪਾਂ ਪਹਿਲਾਂ। ਠੀਕ ਹੈ ਜੀ। ਤੁੰਗ ਵਾਲੀ 'ਚ ਆਏ ਹਾਂ, ਆਉਂਦੇ ਰਹਿੰਦੇ ਹਾਂ ਮੰਡੀ 'ਚ, ਤਾਂ ਆਮ ਸਰ ਆਉਂਦੇ ਰਹਿੰਦੇ ਬੱਕਰਾ ਸੀ ਪਹਿਲੀ ਵਾਰ? ਬੱਕਰਾ ਤੁਸੀਂ ਪਹਿਲੀ ਰਖਾਲਾ ਮੰਡੀ ਤੇ ਲੈ ਕੇ? ਰਖਾਲਾ ਮੰਡੀ ਉਹ ਕਹਿੰਦੇ ਲੈ ਕੇ ਆਓ, ਕਹਿੰਦੇ ਦਿਖਾ ਕੇ ਲੈ ਕੇ ਜਾਓ। ਅਸੀਂ ਕਾਲੇ ਕੇ ਮੰਡੀ ਤੇ ਆਏ ਸੀ ਇੱਕ ਵਾਰੀ। ਹਾਂਜੀ। ਉੱਥੇ ਸਾਡੇ ਬੱਕਰੇ ਨੂੰ 100 ਤੇ ਕੱਢਿਆ ਸੀ ਪਹਿਲੇ ਨੰਬਰ ਤੇ, ਇਹਦਾ ਪਿਓ ਸੀ ਉਹ। ਇਹਦਾ ਬਾਈ ਮੁੱਲ ਕਰਕੇ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੀਆਂ ਮੰਡੀਆਂ ਤੇ ਤੁਹਾਨੂੰ ਮੁੱਲ ਲੱਗਿਆ ਵੇ? ਇਹਦਾ ਮੁੱਲ ਪੰਜਾਬ ਦੇ ਘਰੇ ਲੱਗਿਆ, ਪੰਜਾਬ ਦੀ ਮੰਡੀ ਤੇ ਹੁਣ ਪਹਿਲੀ ਵਾਰੀ ਆਏ ਹਾਂ ਅਸੀਂ। ਠੀਕ ਹੈ। ਅੱਜ ਰਖਾਲੇ ਮੰਡੀ ਤੇ ਆਏ ਹੋ, ਕੋਈ ਇੱਥੇ ਜੇ ਸੇਲ ਕਰੋਗੇ ਜਾਂ ਦੇਖੋ? ਬਾਈ ਜੀ ਕੋਈ ਚੰਗਾ ਮੁੱਲ ਦਊਗਾ ਤੇ ਆਪਾਂ ਸੇਲ ਕਰ ਦਾਂਗੇ। ਠੀਕ ਹੈ ਜੀ। ਨਹੀਂ ਤਾਂ ਆਪਾਂ ਲੈ ਜਾਾਂਗੇ ਚੰਗਾ ਮੁੱਲ, ਜਿਵੇਂ ਬਾਈ ਦਾ ਜਿਹੜਾ ਆਪਣੇ ਬੱਚੇ ਵਿਕਦੇ ਰਹਿੰਦੇ ਆ, ਬਾਈ ਜੀ ਮੰਗਦੇ ਇਹਦਾ ਮੁੱਲ 3 ਲੱਖ ਹਨਾ ਬਾਈ? ਹਾਂਜੀ। ਤੇ 3 ਲੱਖ ਦੇ ਜੇ ਕੋਈ ਨੇੜੇ ਤੇੜੇ ਕੋਈ ਸੌਦਾ ਕਰਦਾ ਤਾਂ ਬਾਈ ਇਹ ਸੇਲ ਵੀ ਕਰ ਸਕਦੇ ਇੱਥੇ ਹਨਾ। ਬਾਈ ਜੀ ਆਪਣਾ ਫੋਨ ਨੰਬਰ ਇੱਕ ਵਾਰੀ ਜ਼ਰੂਰ ਦੱਸੋ। 98282।
ठीक है जी। 67826 98 227 826 एड्रेस पूरा एक बार फिर दस्सो। एड्रेस जी हनुमानगढ़ जिला, ठीक है जी। गांव रोड़ा वाली, नाम मेरा अब्दुल जवारा जी।